एक ईमानदार ते उच्ची सुची शख्सियत दे मालिक दीन दुखियां दी सेवा करना अपना फर्ज समझन वाले फाउंडर चेयरमैन श्री गुरु अमरदास हॉस्पिटल अते बाबा जसवंत सिंह डेंटल कॉलेज अते हस्पताल बीते दिनी बाबा जसवंत सिंह जी मिति 20 नवंबर नूं अपनी संसारिक यात्रा पूरी करदिआं गुरु चरणा विच जा विराजे। उन्हां ने अपना सारा ही जीवन सेवा विच लगाया ते उह हमेशा ही सभना दी सेवा लई तैयार रहिंदे सन। उन्हां दा अंतिम संस्कार मिति 22 नवंबर नूं श्री गुरु अमरदास हॉस्पिटल ग्राउंड सैक्टर 32 चंडीगढ़ रोड लुधियाना विखे होया। इस मौके दूरों दूरों संगतां दा इकट्ठ पहुंचा जिन्हां ने बाबा जसवंत सिंह जी दे आखिरी दर्शन किए। इस मौके विशेष तौर पर अकाल तख्त के सबका जथेदार ज्ञानी गुरबचन सिंह जी विशेष तौर पर पुजे। अज संत बाबा जसवंत सिंह जी शरीरिक रूप में साढ़े विचकार नहीं हैं पर उन्हां दीआं सिख्यावां अते विचार हमेशा ही सभना दे दिलों में वसते रहेंगे। आओ नज़र मारते हाँ इस दीआं झलकियां ते। वाहे गुरु 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 वाहे वाहे गुरु वाहे गुरु वाहे गुरु वाहे गुरु वा
जो देखने वाला महसूस
ਕਿਵੇਂ ਕੀਤਾ ਜਾ ਸਕਦਾ ਅੱਜ ਬਿਆਨ ਕਰਨ ਲਈ ਸਾਡੇ ਕੋਲ ਲਫ਼ਜ਼ ਨਹੀਂ ਹੁਣ ਬੇਨਤੀ ਕਰਾਂਗੇ ਸਿੰਘ ਸਾਹਿਬ ਜੀ ਨੂੰ ਕੇਵਲ ਚੰਦ ਮਿੰਟਾਂ ਲਈ ਸੰਗਤ ਦੇ ਸਾਹਮਣੇ ਆਉਣ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੰਨ ਪਰਮ ਸਤਿਕਾਰਯੋਗ ਮਹਾਂਪੁਰਖ ਸਾਸ਼ਟ ਵਾਸੀ ਸੰਤ ਬਾਬਾ ਜਸਵੰਤ ਸਿੰਘ ਜੀ ਸਾਰੀਆਂ ਸੰਗਤਾਂ ਮਹਾਂਪੁਰਖਾਂ ਦੇ ਅੰਤਿਮ ਅਰਦਾਸ ਵਿੱਚ ਸੰਸਕਾਰ ਵਿੱਚ ਪਹੁੰਚੇ ਹੋ ਸਾਰੀਆਂ ਸੰਗਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਇੱਕ ਇੱਕ ਦਾ ਨਾਮ ਲੈਣ ਲੱਗਿਆ ਅਤੇ ਜੇ ਕਿਸੇ ਦਾ ਨਾਮ ਲੈਣੋਂ ਰਹਿ ਗਿਆ ਤਾਂ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦਾ ਇਸ ਕਰਕੇ ਸਾਰੇ ਆਈ ਹੋਈਆਂ ਹਸਤੀਆਂ ਤੋਂ ਸੰਤ ਮਹਾਂਪੁਰਸ਼ ਵੱਖ ਵੱਖ ਸੰਪਰਦਾਵਾਂ ਤੋਂ ਵੱਖ ਵੱਖ ਟਕਸਾਲਾਂ ਤੋਂ ਵੱਖ ਵੱਖ ਗੁਰਦੁਆਰਾ ਕਮੇਟੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨੁਮਾਇੰਦੇ ਸਾਹਿਬਾਨ ਇੱਥੇ ਹਾਜ਼ਰ ਹੋਏ ਹੈ ਧਾਰਮਿਕ ਸਮਾਜਿਕ ਰਾਜਨੀਤਿਕ ਆਗੂ ਸਾਹਿਬਾਨ ਕਿਉਂਕਿ ਸੰਚਾਰ ਕਰਕੇ ਔਰ ਜਿਹੜਾ ਹੈ
सारे सानू गुरु वाले बनाया, इन्होंने बहुत बड़ी महान सेवा जी है की है इन्होंने। इस तो अलावा साढ़े समाज दौड़ा ने और साढ़े समाज की जी सेवा वो बहुत वही की है। हफ्ता जो 500 बैड का जोड़ा सी वो इन्होंने इतने चालू किया और इस तो बाद डेंटल कॉलेज है। पिछले समय से साढ़े वास्ते कि दुख भरया इस समय है, जिस हाल बाबा जी ने बड़े चा के बड़े सत्कार के संगत को पेंट करना सी, मन च तमन्ना सी कि संगत गर्मियों के ठंडे थान बैठे तो फुली एयर कंडीशन ने बहुत वधिया हाल संगत को भेटा कर ली बनाया, पर कौन जानता सी कि इस दे विच जो पहला कीर्तन होएगा तो उत्थे बाबा जी किस हालात के विच साढ़े विच होंगे। सो बहुत वड्डा घाटा, क्योंकि इतने जिन्ने शरीर आए हैं जिहड़े बाबा जी नूं प्यार करते हैं, जिन्होंने बाबा जी प्यार करते सी जिन्हों भी पुछ के देखो। सो महापुरखों ने प्यार बढ़िया बड़े प्यार नाल संगत च जरूरी बेनती है, बड़े प्यार नाल जितना आपके हिरदे च प्यार है प्यार नाल विदाई करनी है महापुरखों की। जिहड़ी असी घड़ी चाहुंदे सी कभी ना आवे वह घड़ी आ गई। वाहे गुरु 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 वाहे गुरु। ਮਾਣ ਪ੍ਰਤਾਣਿਆਂ ਦੇ ਤਾਂ ਨਿਉਟਿਆਂ ਦੀ ਓਠ
ਨਗੱਤਿਆਂ ਦੀ ਗੱਤ ਨਪੱਤਿਆਂ ਦੀ ਪੱਤ ਨਿਆਸਰਿਆਂ ਦੇ ਆਸਰੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪੁਰਸ਼ ਸਤਿਗੁਰੂ ਬਾਬਾ ਜਸਵੰਤ ਸਿੰਘ ਹੋਰਾਂ ਦੀ ਵਿਵਾਨ ਨੂੰ ਮੋਢਾ ਦੇਣ ਵਾਸਤੇ ਪਹੁੰਚੇ ਸਤਿਗੁਰੂ ਸੱਚੇ ਪਾਤਸ਼ਾਹ ਸਮੁੱਚੇ ਮਹਾਂਪੁਰਸ਼ਾਂ ਨੇ ਸ੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਹੋਰਾਂ ਦੇ ਜੋ ਉਹਨਾਂ ਨੇ ਹੁਕਮ ਕੀਤਾ ਸੀ ਸਤਿਗੁਰੂ ਉਹਨਾਂ ਦੇ ਲਾਡਲੇ ਭਾਈਓ ਹੋਰ ਵੀ ਬੇਅੰਤ ਮਹਾਂਪੁਰਸ਼ ਪਹੁੰਚੇ ਨੇ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ ਆਪ ਜੀ ਨੇ ਸਾਨੂੰ ਵੀ ਮਰਨਾ ਚੇਤੇ ਆਵੇ ਕਿ ਜਿੱਥੇ ਬਾਬਾ ਜਸਵੰਤ ਸਿੰਘ ਹੋਰੀ ਗਏ ਨੇ ਉੱਥੇ ਸਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤ ਸਾਹਿਬ ਅਗਲਾ ਪ੍ਰੋਗਰਾਮ ਦੱਸਣਗੇ ਬੇਨਤੀ ਕਰਾਂਗਾ ਮਹਾਂਪੁਰਸ਼ਾਂ ਦੇ ਅਗਲੇ ਵਾਰਸ ਇਸ ਅਸਥਾਨ ਦੀ ਸੇਵਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਬਾਬਾ ਜੀ ਦੇ ਨਾਂ ਦੇ ਨਾਲ ਸੰਬੋਧਨ ਕਰਨਾ ਹੈ ਭਾਈ ਅਨਹਦ ਰਾਜ ਸਿੰਘ ਜੀ ਹੋਰਾਂ ਨੂੰ ਮਹਾਂਪੁਰਸ਼ਾਂ ਦੀ ਜਿਹੜੀ ਸੇਵਾ ਹੈ ਉਹਦੇ ਲਈ ਸਤਿਕਾਰਯੋਗ ਬਾਬਾ ਸੁਰ ਸਿੰਘ ਵਾਲੇ ਮਹਾਂਪੁਰਸ਼ ਬਾਬਾ ਅਰਦਾਸ ਸਿੰਘ ਜੀ ਵਧਾਈ ਦਾ ਸਰੂਪ ਹੈ ਜਿਹੜੀ ਬਖਸ਼ਿਸ਼ ਹੈ ਉਹ ਦੇਣਗੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕੁਲ ਵਿਕਾਰੋ ਕਾਫਲ ਸੰਸਾਰੋ ਮਾਇਆ ਕਾਰਨ ਹੋਵੈ ਚੰਗਾ ਮੰਦਾ ਕਿਸ ਸੂਝੈ ਨਾਹੀ ਇਹੋ ਤਾਂ ਏ ਵੈ ਹੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨ ਕਰੋ ਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਬੜਹੰਸ ਮਹੱਲਾ ਪਹਿਲਾ ਆਵੋ ਮਿਲ ਹੋ ਸਹੇਲੀ ਹੋ ਸਜੜਾ ਨਾਮ ਲਏ ਹਾਂ ਰੋਵੈ ਮੇਰਾ ਤਨ ਕਾ ਆਪਣਾ ਸਾਹਿਬ ਸੁਮਾ ਪੰਥ ਸਹੇਲਾ ਆਗੈ ਹੋਏ ਪੰਥ ਸਹੇਲਾ ਜਾਓ ਤਾਂ ਬਲ ਪਾਓ ਆਗੈ ਬਲੈ ਵੜਾਈ ਭੇਟਾ ਸਿਉ ਜਾਓ ਸਤ ਸਮਾਓ ਤਾਂ ਪਤ ਲੇਖੈ ਪਾਈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਨ ਸੂਰੇ ਸੇ ਹੀ ਆਗੈ ਆਖੀਐ ਹੈ ਦਰਗਹਿ ਭਾਵ ਹੈ ਸਾਚੀ ਮਾਨਵ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜ਼ਿੰਦਗੀ ਆ ਸੋਈ ਜਾਣੈ ਤਾਗਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਬੜਹੰਸ ਮਹੱਲਾ ਪਹਿਲਾ ਦੱਖਣੀ ਤਨ ਸਤ ਸਰਨ ਦਾ ਸੱਚਾ ਜਾਣੀਐ ਸੱਚੜਾ ਪਰਵਤ ਗਾਰੋ ਜਿਨ ਆਪੀ ਨਾ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਇਗੁਣ ਜੋੜ ਵਿਛੋੜਿਆ ਨ ਗੁਰ ਗੁਰ ਭੋਰ ਅੰਧਾਰੋ ਸੂਰਜ ਚੰਦ ਸਿਰਜਿਆ ਨ ਅਹਿਨਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਉ ਕਿਹੜਾ ਸਾਹ ਨਾ ਟਲੈ ਜਿਹੜਾ ਪੁਰਬ ਮਾਇਆ ਬਹਿ ਸੱਚ ਹੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਜਿਤ ਲਾਗਾ ਸਾਹਮਣੇ ਆਲੀ ਧਾਰਨ ਪਾਏ ਬਹੁ ਰੰਗੀ ਗਲ ਤਾਗਾ ਪੁੱਛੀ ਮੰਦ ਭਇਆ ਮਨ ਪੁੱਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਤ ਆਇਆ ਕਰ ਭੀਤਰ ਨਾਈਆ ਰਾਗਰਤਨ ਪਰਵਾਰ ਪੜੀਆ ਸ਼ਬਦ ਗਾਵਣ ਆਈਆ ਸ਼ਬਦੋ ਤਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਰ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾ ਸੋ ਸੁਣ ਰੇ ਭਾਈ ਨ
ਸੰਸਕਾਰ ਮੇਰਾ ਕਿੱਥੇ ਹੋਣਾ ਇਹ ਵੀ ਉਹਨਾਂ ਨੇ ਪਹਿਲਾਂ ਥਾਂ ਦੱਸਿਆ ਹੋਇਆ ਔਰ ਇਹ ਵੀ ਦੱਸਿਆ ਹੋਇਆ ਕਿ ਸਮਾਗਮ ਨਹੀਂ ਗਿਆ ਸੀ 25 ਤੋਂ ਆਰੰਭ ਹੋਏਗਾ 27 ਨੂੰ ਸਵੇਰੇ ਭੋਗ ਪੈਣਗੇ ਔਰ 28 ਰਾਤ ਨੂੰ ਸ਼ਰਧਾ ਸ਼ਰਧਾਂਜਲੀ ਅਰਪਣ ਕੀਤੀ ਜਾਣੀ ਕੀਰਤਨ ਤੇ ਖਾਸਾ ਵੀ ਹੋਊਗਾ ਸਾਰੀ ਰਾਤ ਗ੍ਰੈਂਡ ਸਵਾਈ ਹੋਣਾ ਔਰ 29 ਸਵੇਰੇ ਜਿਸ ਦਿਨ ਪੂਰੇ 10 ਦਿਨ ਹੋ ਜਾਣੇ ਸ੍ਰੀ ਗਏ ਦੇਖੋ ਪਹਿਲੇ ਪ੍ਰੋਗਰਾਮ ਲੀਕੇ ਗਏ ਨੇ ਆਪਣੇ 10ਵੀਂ ਤੱਕ ਕਿ ਸਵੇਰੇ ਅਮਰੁਤ ਵੇਲੇ ਉਸ ਸਮਾਪਤੀ ਹੋਏਗੀ 28 ਰਾਤ ਦਾ ਸਾਰੀ ਰਾਤ ਦਾ ਕੀਰਤਨ ਹੈ 27 ਨੂੰ ਭੋਗ ਪੈਣਗੇ ਔਰ ਲਗਾਤਾਰ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹੇਗਾ ਇਹ ਸੰਤ ਮਹਾਂਪੁਰਸ਼ ਬੜੀਆਂ ਪੁੱਜੀਆਂ ਹੋਈਆਂ ਰੂਹਾਂ ਬੜੀਆਂ ਰਸੀਆਂ ਹੋਈਆਂ ਰੂਹਾਂ ਦੇ ਦਰਸ਼ਨ ਵਾਹਿਗੁਰੂ 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 ਇੰਟਲੈਕਚੁਅਲਿਟੀ ਉਹਨਾਂ ਦੇ ਮਨ ਦੇ ਵਿੱਚ ਸੀਗੀ ਮਹਾਂਪੁਰਖਾਂ ਦੀ ਸਾਰੀ ਜ਼ਿੰਦਗੀ ਉਹਨਾਂ ਨੇ ਉਹ ਇੰਟਲੈਕਚੁਅਲਿਟੀ ਮਨ ਦੇ ਵਿੱਚ ਖਾਂਦੇ ਇਸ ਜਗ੍ਹਾ ਦੇ ਉੱਪਰ ਸਾਡੇ ਹਜ਼ਰ ਜਿਹਦੇ ਰੂਪ ਦੇ ਵਿੱਚ ਸੇਵਾ ਦੇ ਵਿੱਚ ਮਨ ਲਈ ਹੈ ਕਿਉਂਕਿ ਉਹਨਾਂ ਨੇ ਪਹਿਲੇ ਮੈਡੀਕਲ ਕਾਲਜ ਉਹਨਾਂ ਦਾ ਮਾਈਂਡ ਸੈਟ ਆ ਵੀ ਐਸਾ ਸੀਗਾ ਕਿ ਮੈਂ ਦੁਨੀਆਂ ਦੀ ਸੇਵਾ ਕਰਨੀ ਆ ਔਰ ਇੰਟਲੈਕਚੁਅਲਿਟੀ ਪੂਰੀ ਉਹਨਾਂ ਦੇ ਵਿੱਚ ਹਾਈ ਸੀਗੀ ਇਸ ਨੂੰ ਦੇਖਦੇ ਹੋਏ ਅੱਜ ਜਿਹੜੀ ਸੇਵਾਵਾਂ ਜਿਹੜੀਆਂ ਇੱਥੇ ਮਿਲਦੀਆਂ ਨੇ ਕੀ ਕਹਿਣਾ ਚਾਹੋਗੇ ਬੜਾ ਦੁੱਖ ਦਾ ਸਮਾਂ ਕਿ ਮਹਾਂਪੁਰਸ਼ ਨਹੀਂ ਰਹੇ ਪਰ ਆਸ਼ੀਰਵਾਦ ਉਹਨਾਂ ਨੇ ਪਹਿਲਾਂ ਹੀ ਤੁਹਾਨੂੰ ਆਪਣਾ ਚੂਜ਼ ਕਰਕੇ ਗਏ ਹੋਏ ਸੀਗੇ ਤੁਹਾਨੂੰ ਆਸ਼ੀਰਵਾਦ ਦਿੱਤਾ ਸੀ ਤੁਹਾਡੇ 'ਚ ਹਰ ਚੀਜ਼ ਉਹਨਾਂ ਨੇ ਉਹ ਭਰ ਦਿੱਤੀ ਸੀਗੀ ਕੀ ਕਹਿਣਾ ਚਾਹੋਗੇ ਜਿਵੇਂ ਆਪ ਸਾਰੇ ਜਾਣਦੇ ਹੋ 20 ਤਰੀਕ ਸ਼੍ਰੀ ਰਾਮ ਸੰਤ ਬਾਬਾ ਜਸਵੰਤ ਸਿੰਘ ਜੀ ਸਰੀਰਕ ਤੌਰ 'ਤੇ ਆਪਣੇ ਵਿਛੋੜਾ ਜ਼ਰੂਰ ਦੇ ਗਏ ਹਨ ਪਰ ਆਤਮਿਕ ਤੌਰ ਦੇ ਵਿੱਚ ਹੀ ਸਾਡਾ ਹਮੇਸ਼ਾ ਰਹਿਣ ਉਹਨਾਂ ਦੇ ਭਜਨ ਉਹਨਾਂ ਦਾ ਪ੍ਰਚਾਰ ਦਾ ਹਮੇਸ਼ਾ ਲੌਜਿਕ ਬੇਸਡ ਉਹਨਾਂ ਨੇ ਇੱਕ ਗੱਲ ਵਾਰ 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 ਜੀਵਨ 'ਚ ਸੇਵਾ ਇਹ ਦੋ ਸਭ ਤੋਂ ਇੰਪੋਰਟੈਂਟ ਚੀਜ਼ ਫਿਰ ਉਹਨਾਂ ਨੇ ਕਹਿਣਾ ਦੇਰ ਇਜ਼ ਨੋ ਸਰਵਿਸ ਵਿਦਆਊਟ ਕੰਪੈਸ਼ਨ ਨੋ ਕੰਪੈਸ਼ਨ ਵਿਦਆਊਟ ਲਵ ਐਂਡ ਨੋ ਲਵ ਵਿਦਆਊਟ ਕੇਅਰ ਸਾਰਾ ਕੁਛ ਇੰਟਰਨੈਟ ਔਰ ਇਹ ਚੀਜ਼ ਉਹਨਾਂ ਨੇ ਸਾਰੇ ਜਿੰਨੀ ਸੰਗਤ ਹੈ ਸਾਰਿਆਂ ਦੇ ਵਿੱਚ ਉਹਨਾਂ ਨੇ ਇਹ ਉਹਨਾਂ ਦੀ ਵਡਿਆਈ ਹੈ ਉਹਨਾਂ ਦੀ ਉਹਨਾਂ ਦਾ ਵੱਡਾ ਬਣਾ ਹੈ ਉਹਨਾਂ ਨੇ ਇੰਨੀ ਨੇੜਤਾ ਬਖਸ਼ੀ ਇੰਨਾ ਪਿਆਰ ਬਖਸ਼ਿਆ ਇੰਨਾ ਭਰੋਸਾ ਬਖਸ਼ਿਆ ਪਹਿਲਾਂ ਵੀ ਉਹ ਆਪ ਹੀ ਕਰਦੇ ਸਨ ਹੁਣ ਵੀ ਉਹਨਾਂ ਨੇ ਆਪ ਹੀ ਕਰਨਾ ਅਸੀਂ ਕੁਛ ਨਹੀਂ ਕਰਨਾ ਨਾ ਅਸੀਂ ਕੁਛ ਕਰ ਸਕਦੇ ਨਾ ਸਾਡੀ ਕੋਈ ਯੋਗਤਾ ਹੈ ਉਹਨਾਂ ਨੇ ਆਪ ਹੀ ਵਿਚਰਨਾ ਆਪ ਹੀ ਸਾਰੇ ਕਰਨੇ ਸਦਾ ਉਹਨਾਂ ਦੇ ਲਈ ਜੈਸੇ ਉਹਨਾਂ ਨੇ ਸਾਰੇ ਵਰਲਡ ਦੇ ਵਿੱਚ ਬਹੁਤ ਵੱਡੇ ਇੰਟਲੈਕਚੁਅਲ ਦੇ ਨਾਲ ਜਿਹੜੀ ਹੈਗੀ ਆਪਣੀ ਲਾਈਫ ਗੁਜ਼ਾਰੀ ਬਹੁਤ ਲੋਕ ਉਹਨਾਂ ਦੇ ਨਾਲ ਅਟੈਚਡ ਸਨ ਪਰ ਫਿਰ ਵੀ ਉਹ ਜਿਹੜੇ ਗਰੀਬ ਦੀ ਬਾਂਹ ਫੜਦੇ ਸੀਗੇ ਵੀ ਗਰੀਬ ਦੇ ਨਾਲ ਉਹਨਾਂ ਦਾ ਇੰਨਾ ਪ੍ਰੇਮ ਸੀਗਾ ਜੋ ਗਰੀਬ ਉਹਨਾਂ ਨੂੰ ਉਹਨਾਂ ਦੀ ਨਿਗਾਹ ਜਿਹੜੀ ਹੈਗੀ ਉਸ ਵੇਲੇ ਉੱਥੇ ਵੀ ਪੈ ਜਾਂਦੀ ਹੁੰਦੀ ਸੀਗੀ ਔਰ ਉਹਨਾਂ ਨੇ ਉਹੀ ਰੱਖਿਆ ਆਪਣੀ ਸਾਰੀ ਜ਼ਿੰਦਗੀ ਜਿਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਸਮਾਸਰ ਸਾਹਿਬ ਦੇ ਜਿਹੜਾ ਗੁਰਦੁਆਰਾ ਸਮਰਾਲਾ ਚੌਂਕ ਦੇ ਵਿੱਚ ਹੈ ਉਹਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਤਿੰਨ ਤਿੰਨ ਤਰ੍ਹਾਂ ਦਾ ਉਹਨਾਂ ਨੇ ਭੋਜਨ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਲੋੜਵੰਦਾਂ ਨੂੰ ਪਕਾਉਣ ਦੀ ਗੱਲ ਕੀਤੀ ਜਿਹੜਾ ਸੋਚ ਹੀ ਨਹੀਂ ਸਕਦਾ ਲੰਗਰ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਡਿਸ਼ਿਜ਼ ਦੀ ਤਰ੍ਹਾਂ ਦੇ ਨਾਲ ਨਾਲ ਸਲਾਦ ਨਾਲ ਤਿੰਨ ਤਿੰਨ ਸਬਜ਼ੀਆਂ ਕੀ ਕਹਿਣਾ ਇੱਕ ਵਾਰ ਦਾ ਇੱਕ ਵਾਰ ਬਾਬਾ ਜੀ ਲੰਗਰ ਵਿੱਚ ਲੰਘ ਰਹੇ ਸਨ ਔਰ ਇੱਕ ਮੁਸਲਮਾਨ ਵੀ ਦੇ ਲੰਗਰ 'ਚ ਬੈਠਾ ਸ਼ਬਾ ਸ਼ਕੂਰੀ ਰਿਹਾ ਇੱਕ ਸਿੰਘ ਨੇ ਉਹਨੂੰ ਚੁੱਕ ਦਿੱਤਾ ਕਿ ਭਾਈ ਤੂੰ ਅੰਦਰ ਦਰਬਾਰ 'ਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕ ਕੇ ਆਇਆ ਪਹਿਲਾਂ ਮੱਥਾ ਟੇਕ ਕੇ ਫਿਰ ਤੂੰ ਲੰਘ ਗਿਆ ਸ਼੍ਰੀ ਬਾਬਾ ਜੀ ਉੱਥੇ ਲੰਘ ਰਹੇ ਸਨ ਅਤੇ ਬਾਬਾ ਜੀ ਨੇ ਤਾੜਿਆ ਇਹਦੇ ਬਲਬ ਲੱਗਾ ਹੋਇਆ ਕਿ ਇਹ ਬਲਬ ਤੈਨੂੰ ਰੋਸ਼ਨੀ ਦੇਣ ਤੋਂ ਇਨਕਾਰ ਕਰ ਰਿਹਾ ਤੈਨੂੰ ਵੀ ਦੇ ਰਿਹਾ ਉਸ ਨੂੰ ਵੀ ਦੇ ਰਿਹਾ ਸਾਨੂੰ ਵੀ ਦੇ ਰਿਹਾ ਕਹਿੰਦੇ ਗੁਰੂ ਨਾਨਕ ਸਾਹਿਬ ਲੱਗਿਆ ਅਤੇ ਸਾਰਿਆਂ ਨੂੰ ਖੁੱਲ੍ਹੇ ਭੰਡਾਰੇ ਚਾਹੇ ਜਿਹੋ ਜਿਹਾ ਮਰਜ਼ੀ ਆਏ ਜਿਸ ਮਰਜ਼ੀ ਰੂਪ 'ਚ ਆਏ ਕੋਈ ਕੰਪਲਸ਼ਨ ਨਹੀਂ ਇਹ ਗੁਰੂ ਸਾਹਿਬ ਦਾ ਲੰਗਰ ਗੁਰੂ ਸਾਹਿਬ ਕਹਿੰਦੇ ਪੱਥਰ ਵਿੱਚ ਜਿਹੜੇ ਛੋਟੇ ਛੋਟੇ ਜੀਵ ਨੇ ਉਹਨਾਂ ਨੂੰ ਵੀ ਪਹੁੰਚਾ ਰਹੇ ਸਾਰਾ ਕੁਛ ਗੁਰੂ ਸਾਹਿਬ ਦਾ ਆਪਣਾ ਹੈ ਗੁਰੂ ਸਾਹਿਬ ਆਪ ਹੀ ਕਰ ਰਹੇ ਨੇ ਇਹ ਉਹਨਾਂ ਦੀ ਔਰ ਉਹ ਹਮੇਸ਼ਾ ਕਹਿੰਦੇ ਸੀ ਕਿ ਭਾਈ ਲੰਗਰ ਦਾ ਭਾਵ ਤਾਂ ਇਹ ਨਹੀਂ ਹੈ ਕਿਸ ਦਾ ਢਿੱਡ ਭਰਨਾ ਆਨੰਦ ਆਨੰਦ ਨਾਲ ਛੱਡਣ ਔਰ ਉਹਨਾਂ ਦੀ ਗਰੀਬੀ ਔਰ ਅਮੀਰੀ ਦੀ ਪਰਿਭਾਸ਼ਾ ਬੜੀ ਅਲੱਗ ਸੀ
कहते सी जिहड़े गुरु दे कोल ने वो सारे अमीर है, जिहड़े गुरु तो दूर ने वो गरीब है। दिस वॉज हिज डेफिनेशन फॉर अमीर एंड गरीबी। एंड एज यू आर वेरी इंटेंशनल एंड यू आर इन अ प्रोफेशन ऑफ डॉक्टर, की कहना चाहोगे कि जिस तरीके दे नाल विद्या दा दान जिहड़ा हैगा उन्होंने उन्हें हमेशा पॉजिटिविटी दी और हमेशा सोचा कि विद्या दे दान नूं मैं मतलब गिरदाना आने वाले समय से सोचिए भी जो सेवा कर रहे थे जो तुम वाइब्रेशन पवित्रता दी दे गई है वो उदा ही चलनी। फिर यही बेनती करूँगा जी, उन्होंने आप ही कराइया, आप ही करिया और आप ही कर दे। हमेशा उन्होंने फिर एक गल कही कि अ पर्सन शुड नेवर बी अ लीडर, ही शुड लर्न टू बी अ लीडर। अपना आप करना सीखो, उसके लिए विद्या जरूरी है, काम काज सीखना जरूरी है, किरत जरूरी है, सेल्फ इंडिपेंडेंट और सेल्फ डिपेंडेंट। उन्हें मंगो ना, आप करना सीखो। स्पेशलिटी महापुरखा ने देखी और चाही अपनी जिंदगी दे विच कि मैं जिहड़े अदारे ये विद्या दे अदारे ये लोगों नूं विद्या दा दान देने दे लई जो खोले आ उन्हां दे लई उन्हां दी पाक पवख जिहड़ी पहले ही जिहड़ी हैगी आ जी दे उपर सीगी और उन्हां ने पहलां तो आशीर्वाद दे के अज एड्डी वड्डी जिहड़ी सेवा उस एक तां उन्हां दे नाल इन्ना तुहाडी स्नेह जिहड़ा सीगा उहदे लई दुख जिहड़ा हैगा और दूजे पासे एड्डी वड्डी सेवा जिहड़ी हैगी आ की कहना चाहोगे। वाहेगुरु जी की फतेह। जिमें आप सारे जानते हो बड़े सत्कार श्रीमान संत बाबा जसवंत सिंह जी 20 तरीक सानू शरीरक तौर पर विछोड़ा दे गया। बड़ा जरूरी है समझना कि विछोड़ा सिर्फ शरीरक है, आत्मक तौर पर साढ़े बच्च ही हैं और रहेगा। उन्होंने बार बार यही गल कही कि भाई असं थोड़े नाल ही हैं, जिन्ना शौक ना जुड़ा उन्ना अस रही गल इंटलैक्चुअलिटी की। उन्होंने हमेशा कहना यू शुड बिकम अ लीडर नॉट अ नीडर। मंगो ना जाके करो, डोंट डिमांड रिस्पेक्ट, कमांड इट। और बाकी उन्होंने कमांड और सानू भी कमांड कर भाई का सारे जीवन से जो सब तो करड़ा पहरा हों सेवा हमेशा बार 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 उन्होंने कहना भाई जीवन के दो विंग ने, एक सेवा एक सिमरन। एक विंग में ना हो तो पंखी उड़ नहीं, दोवें चाहिए। सेवा बगैर सिमरन नहीं किसी काम का और सिमरन बगैर सेवा किसी काम का, दोवें बराबर चाहिए। एक बार बच्चे कर लग गए there is no service without compassion, no compassion without love, and no love without faith. Sara kuch intertwined hai. Jo daya nahi hai ki seva nahi kar sakte, jo prem bhav nahi hai ga daya nahi kar sakte. Swalon da bhav kisnu aaoge, wo aaoga ya gurbani to ya baba ji vargi gurmukha di sangat to. Apne jeevan rahi unhone आ सारी वैल्यूज आप उन्होंने अपने जीवन च इनकलकेट की और सानू करके दिखाया भाई इस तरीके का जीवन होना चाहिए। इवें चलो सिर्फ गलां नहीं कीतियां, लेक्चर्स नहीं दिते, स्पीचेस नहीं दितियां, अपने जीवन को उस तरीके नाल कुर्बानी अनुसार ढालिया और आप मिसाल बनाया। अ गुड टीचर विल गिव यू अ गुड एग्जाम्पल बट अ मास्टर बिकम्स द एग्जाम्पल। आप सानू मिसाल बन के साडे विच विचरदे रहे, इह उहनां दी सब तो वड्डी सी आप मिसाल बनदे सन। हुण भी उहनां दी मिसाल कायम रहिणगीआं। सारिआं नूं इही आस है भी जिस तरीके नाल उह संगत च प्रेम प्यार सत्कार नाल विचरदे सन, असी सारा माहौल सारे जने आपसी उही प्रेम प्यार सत्कार नाल जो जो उन्होंने बचन होंगे सी सेवा के सिमरन उन्होंने चलिए। उन्होंने वर्गी जीवनी कभी होता नहीं सकती पर उन्होंने बचना सारों पर चलन का यतन जरूर। हर गल के प्रैक्टिकल सके और बहुत दूर जाते कोई बंदा गल भी करता सीगा
ਤਾਂ ਵੀ ਉਹ ਮਤਲਬ ਜਿਹੜਾ ਹੈਗਾ ਉਹਦੀ ਆਈ ਕਿਊ ਉਹਨਾਂ ਦਾ ਇੰਨਾ ਜ਼ਿਆਦਾ ਸੀਗਾ ਕਿ ਉਹਦੇ ਅੰਦਰ ਦੀ ਗੱਲ ਜਿਹੜੀ ਉਹ ਸਾਰਿਆਂ ਨੂੰ ਪਤਾ ਲੱਗ ਜਾਂਦੀ ਸੀ ਉਹਨਾਂ ਨੂੰ ਮਹਾਂਪੁਰਖਾਂ ਨੂੰ ਔਰ ਉਹਨਾਂ ਨੇ ਹਮੇਸ਼ਾ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਇੰਪਲੀਮੈਂਟ ਕਰਕੇ ਦਿਖਾਈਆਂ ਇਹ ਨਹੀਂ ਹੈ ਕਿ ਆਪਣੇ ਜੀਵਨ 'ਤੇ ਪਹਿਲਾਂ ਢਾਲੀਆਂ ਫਿਰ ਉਹਨਾਂ ਨੇ ਸੰਗਤਾਂ ਨੂੰ ਜਿਹੜਾ ਹੈਗਾ ਉਪਦੇਸ਼ ਦਿੱਤਾ ਕੀ ਕਹਿੰਦੇ ਕਦੀ ਇੱਧਰ ਉੱਧਰ ਦੀ ਕਹਾਣੀਆਂ ਨਹੀਂ ਸੁਣਾਈਆਂ ਕੋਈ ਗੱਲਾਂ ਨਹੀਂ ਸੁਣਾਈਆਂ ਗੁਰਬਾਣੀ ਦੀ ਗੱਲ ਕਰਦੇ ਸੀ ਔਰ ਹਮੇਸ਼ਾ ਕਹਿਣਾ ਪਏ ਗੁਰਬਾਣੀ ਇੱਕ ਇੱਕ ਅੱਖਰ 100% ਐਬਸੋਲੂਟ ਲੌਜਿਕ ਹੈ ਅਤੇ ਪ੍ਰੈਕਟੀਕਲ ਹੈ ਗੁਰਬਾਣੀ ਅਨੁਸਾਰ ਉਹਨਾਂ ਨੇ ਆਪਣਾ ਜੀਵਨ ਢਾਲਿਆ ਸਾਨੂੰ ਵੀ ਇਹੀ ਸੇਧ ਦਿੱਤੀ ਕਿ ਭਾਈ ਗੁਰਬਾਣੀ ਨਾਲ ਜੁੜੋ ਅਤੇ ਗੁਰਬਾਣੀ ਅਨੁਸਾਰ ਰਹਿਣਾ ਸਿੱਖੋ ਗੁਰਬਾਣੀ 'ਚ ਅਤੇ ਪ੍ਰੈਕਟੀਕਲ 'ਚ ਕੋਈ ਫਰਕ ਨਹੀਂ ਹੈ ਸੰਗਤਾਂ ਨੂੰ ਬਹੁਤ ਵੱਡੀ ਆਸ ਹੈਗੀ ਹੈ ਤੁਹਾਡੇ ਤੋਂ ਜੀ ਔਰ ਬੜਾ ਉਹਨਾਂ ਦੇ ਮਨ ਦੇ ਚਰੁੱਧਰ ਵੀ ਨੇ ਔਰ ਜਿਸ ਤਰੀਕੇ ਦੇ ਨਾਲ ਉਹ ਤਾਂ ਕਦੇ ਵੀ ਕੋਈ ਕਿਸੇ ਦਾ ਕੋਈ ਕੈਸਾ ਵੀ ਕੇਸ ਹੁੰਦਾ ਸੀਗਾ ਉਹ ਈਵਨ ਉਹਨਾਂ ਦੇ ਦਿਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਬਾਬਾ ਜੀ ਨਾਲ ਲੋਕ ਕਰਕੇ ਔਰ ਉੱਥੇ ਹੀ ਸਲਿਊਸ਼ਨ ਲੈ ਜਾਂਦੇ ਸੀਗੇ ਆਉਣ ਵਾਲੇ ਸਮੇਂ 'ਚ ਅਸੀਂ ਚਾਹਾਂਗੇ ਕਿ ਇਹ ਜਿਹੜੀ ਸੇਵਾਵਾਂ ਬਾਬਾ ਜੀ ਦੀਆਂ ਉੱਦਾਂ ਹੀ ਜਾਰੀ ਰਹਿਣ ਔਰ ਇਹ ਜਿਹੜੇ ਵਿਦਿਆ ਦੇ ਦਾਰੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਮਾਇੰਡ ਸੈਟਅਪ ਸੀਗਾ ਕਿ ਮੈਂ ਵਿਦਿਆ ਦਾ ਦਾਨ ਦੇਣਾ ਉਹੀ ਦਾਨ ਜਿਹੜਾ ਹੈਗਾ ਉਹੀ ਹੋਸਪਿਟਲ ਦੇ ਸੇਵਾ ਕਰਨੀ ਆ ਸੇਵਾ ਦੇ ਕੇਂਦਰ ਆ ਇੱਦਾਂ ਹੀ ਚੱਲਦੇ ਰਹਿਣ ਤੁਹਾਡਾ ਧੰਨਵਾਦ।